ਦਾਖਲ ਹੋ ਕੇ ਅੰਦਰ ਜਾ ਕੇ ਗੁਰੂ ਮਹਾਰਾਜ ਦਾ ਅਰਮਾਲਾ ਤਾਰ ਕੇ ਉਹਨੇ ਸੋਠ ਰਾਗ ਦਾ ਅੰਗ ਵਿੱਚੋਂ ਇੱਕ ਗੁਰੂ ਮਹਾਰਾਜ ਦਾ ਜਿਹੜਾ ਪੱਤਰਾ ਖਿੱਚ ਕੇ ਪਾੜ ਕੇ ਆਪਣੇ ਹੱਥ ਵਿੱਚ ਲੈ ਕੇ ਬਾਹਰ ਆਇਆ ਅਤੇ ਸਿੰਘਾਂ ਨੇ ਵੇਖਿਆ ਜਦੋਂ ਪੱਤਰਾ ਲਈ ਆਉਂਦਾ ਪੁੱਛਿਆ ਕੀ ਕੀਤਾ ਕਹਿੰਦਾ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕਰਕੇ ਆਇਆ ਖੈਰ ਸੰਗਤਾਂ ਨੇ ਉਹਨੂੰ ਡੰਨ ਦਿੱਤਾ ਘਟਨਾ ਜੀ ਮੁੰਡਾ ਠੀਕ ਨੀ ਸੀ ਦਿਮਾਗੀ ਦੁਪਹਿਰੇ ਗਿਆ ਉੱਧਰ ਮਨਾਲੇ ਗਿਆ ਉੱਥੇ ਜਾ ਕੇ ਪਤਾ ਨੀ ਰੱਬ ਜਾਂਦੇ ਕੋਈ ਅੰਗ ਦਿਵਾਸ ਦਾ ਪਾ ਰਿਹਾ ਜਦੋਂ ਸਾਨੂੰ ਨੀ ਕਹੀ ਪਿੰਡ ਵਾਲਿਆਂ ਨੇ ਉਹਨਾਂ ਨੇ ਮੁੰਡਾ ਛੱਡਿਆ ਨੀ ਮਾਰਤਾ ਤੂਫਾਨਾਂ ਵੱਢ ਕੇ ਮਾਰਿਆ ਮੁੰਡਾ ਮੈਂ ਕੋਲ ਖੜਾ ਜਦੋਂ ਮਾਰਿਆ ਉਹ ਮੈਨੂੰ ਮਾਰ ਦੇ ਲੱਗੇ ਮੈਂ ਭੱਜ ਕੇ ਨਿਕਲਿਆ 2 ਸਾਲ ਤੋਂ ਹੋਏ ਦਵਾਈ ਚੱਲਦੀ ਨੂੰ ਪਰਚੀਆਂ ਨਾ ਖੋਲੀਆਂ ਮੈਥੋਂ ਪਰਚੀਆਂ ਦਿੱਤੀਆਂ ਨੀ ਨਾ ਇਸ ਵੇਲੇ ਦੀ ਫਿਰੋਜ਼ਪੁਰ ਤੋਂ ਵੱਡੀ ਖਬਰ ਆ ਰਹੀ ਹੈ ਜਿੱਥੇ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਬੇਅਦਬੀ ਹੋਈ ਹੈ ਤੁਹਾਨੂੰ ਦੱਸ ਦੇ ਕਿ ਇੱਕ ਨੌਜਵਾਨ ਦੇ ਵੱਲੋਂ ਗੁਰੂ ਘਰ ਦੇ ਵਿੱਚ ਦਾਖਲ ਹੋ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਜਦੋਂ ਨੌਜਵਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜ ਰਿਹਾ ਸੀ ਤਾਂ ਮੌਕੇ 'ਤੇ ਸੰਗਤਾਂ ਨੇ ਜਾ ਕੇ ਉਸਨੂੰ ਫੜ ਲਿਆ ਅਤੇ ਉਸਦੀ ਖੂਬ ਛਿੱਤਰ ਪਰੇਡ ਕੀਤੀ ਅਤੇ ਜਿਸ ਦੌਰਾਨ ਉਸ ਨੌਜਵਾਨ ਦੀ ਮੌਤ ਹੋ ਗਈ ਹੈ ਜੋ ਕਿ ਬੇਅਦਬੀ ਕਰਨ ਦੇ ਲਈ ਆਇਆ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜ ਰਿਹਾ ਸੀ ਹੁਣ ਉਸਦੀ ਮੌਤ ਹੋ ਗਈ ਹੈ ਮੌਕੇ 'ਤੇ ਹੁਣ ਪੁਲਿਸ ਵੀ ਪਹੁੰਚ ਗਈ ਹੈ ਅਤੇ ਉਸ ਨੌਜਵਾਨ ਦਾ ਪਰਿਵਾਰ ਵੀ ਸਾਹਮਣੇ ਆਇਆ ਅਤੇ ਉਸਦਾ ਪਰਿਵਾਰ ਇਹ ਕਹਿ ਰਿਹਾ ਕਿ ਉਹਨਾਂ ਦਾ ਲੜਕਾ ਜੋ ਕਿ ਮੰਦ ਬੁੱਧੀ ਸੀ ਉਸਦਾ ਇਲਾਜ ਚੱਲ ਰਿਹਾ ਸੀ ਅਤੇ ਦਿਮਾਗੀ ਤੌਰ 'ਤੇ ਠੀਕ ਨਹੀਂ ਸੀ ਅਤੇ ਉਹਨਾਂ ਦੇ ਪੁੱਤ ਨੂੰ ਕੁਝ ਲੋਕਾਂ ਨੇ ਨਜਾਇਜ਼ ਮਾਰਿਆ ਹੈ ਅਤੇ ਜਿਨ੍ਹਾਂ ਨੇ ਉਹਨਾਂ ਦੇ ਪੁੱਤ ਨੂੰ ਮਾਰਿਆ ਉਸਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਆਖਿਰ ਕੀ ਹੈ ਪੂਰਾ ਮਾਮਲਾ ਤੁਹਾਨੂੰ ਦੋਵੇਂ ਧਿਰਾਂ ਦੇ ਕੋਲੋਂ ਸੁਣਾਉਂਦੇ ਹਾਂ ਦਾਖਲ ਹੋ ਕੇ ਅੰਦਰ ਜਾ ਕੇ ਗੁਰੂ ਮਹਾਰਾਜ ਦਾ ਅਰਮਾਲਾ ਤਾਰ ਕੇ ਉਹਨੇ ਸੋਠ ਰਾਗ ਦਾ ਅੰਗ ਵਿੱਚੋਂ ਇੱਕ ਗੁਰੂ ਮਹਾਰਾਜ ਦਾ ਜਿਹੜਾ ਪੱਤਰਾ ਖਿੱਚ ਕੇ ਪਾੜ ਕੇ ਆਪਣੇ ਹੱਥ ਵਿੱਚ ਲੈ ਕੇ ਬਾਹਰ ਆਇਆ ਅਤੇ ਸਿੰਘਾਂ ਨੇ ਵੇਖਿਆ ਜਦੋਂ ਪੱਤਰਾ ਲਈ ਆਉਂਦਾ ਪੁੱਛਿਆ ਕੀ ਕੀਤਾ ਕਹਿੰਦਾ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕਰਕੇ ਆਇਆ ਖੈਰ ਸੰਗਤਾਂ ਨੇ ਉਹਨੂੰ ਡੰਨ ਦਿੱਤਾ ਜਿਹੜਾ ਦੋਸ਼ੀ ਨੂੰ ਜਿੰਨੇ ਗੁਰੂ ਮਹਾਰਾਜ ਦੇ ਅੰਗਾਂ ਨੂੰ ਹਾਂਜੀ ਉਹਦਾ ਪਿੰਡ ਪੈਂਦਾ ਜੇ ਆਪਣਾ ਟੈਲੀਗਲਾਮ ਵਿਚ ਪੈਂਦਾ ਅਤੇ ਉਹਦਾ ਨਾਂ ਦੱਸਦੇ ਆ ਗੁੱਲੂ ਅਸੀਂ ਤਾਂ ਅੱਗੇ ਕਦੀ ਉਹਨੂੰ ਵੇਖਿਆ ਨੀ ਨਾ ਕਦੀ ਇੱਥੇ ਉਦੋਂ ਆਉਂਦੇ ਜਾਂਦੇ ਨੂੰ ਕਿਤੇ ਉਹਦੇ ਦਰਸ਼ਨਦਾਰੀ ਕੀਤੇ ਆ ਵੇਖਿਆ ਹੋਵੇ ਤਕਰੀਬਨ 2 ਵਜੇ ਦੇ ਕਰੀਬ ਇੱਕ ਬੰਦਾ ਗੁਰੂ ਘਰ ਦੇ ਦਾਖਲ ਹੁੰਦਾ ਹੈ ਸਿਰ ਤੇ ਪਰਨਾ ਬੰਨਿਆ ਹੁੰਦਾ ਹੈ ਤੇ ਗੁਰੂ ਸਾਹਿਬ ਦੇ ਅੰਗ ਮਹਾਰਾਜ ਸਰੂਪ ਚੜ ਖਿੱਚ ਕੇ ਲੈ ਆਉਂਦਾ ਹੈ ਤੇ ਬਾਹਰ ਸਿੱਖ ਸੰਗਤਾਂ ਨੇ ਉਹਨੂੰ ਰੋਕਣ ਤੇ ਉਹ ਪ੍ਰਭੂ ਈਸ਼ਵਰ ਦਾ ਨਹਿਰਾ ਲਾਉਣ ਲੱਗ ਪੈਂਦਾ ਕਹਿੰਦਾ ਪ੍ਰਭੂ ਜੀ ਬਚਾਓ ਪ੍ਰਭੂ ਬਚਾਓ ਜਿਹੜੇ ਅਫਸਰ ਆਏ ਸੀ ਫਿਰ ਸਾਨੂੰ ਉਹਨਾਂ ਵਿਸ਼ਵਾਸ ਤੋਂ ਆਇਆ ਇੱਕ ਹੀ ਸਿੱਟ ਬਣਾ ਕੇ ਇੱਕ ਹਫ਼ਤੇ 'ਚ ਜਿਹੜੇ ਦੋਸ਼ੀ ਸਾਹਮਣੇ ਲਿਆਵਾਂ ਕਿੰਨਾ ਕਰਾਈ ਆ ਬਾਜੀ ਕੀ ਨਾਮ ਕੀ ਤੁਹਾਡਾ ਮਹਿੰਦਰ ਸਿੰਘ ਬਸਤੀ ਰੱਤੋਂ ਵੀ ਪਿੰਡ ਬੱਗੂ ਵਾਲਾ ਕੀ ਘਟਨਾ ਵਾਪਰੀ ਹੈ ਜਿਹੜੀ ਅੱਜ ਪਿੰਡ ਬੰਦਾ ਘਟਨਾ ਜੀ ਮੁੰਡਾ ਠੀਕ ਨੀ ਸੀ ਦਿਮਾਗੀ ਸੀ ਮੈਂਟਲ ਸੀ ਤੇ ਮੈਂ ਘਰੇ ਕੰਮ ਕਰਨ ਰਿਹਾ ਤੇ ਮੈਂ ਘਰੋਂ ਚਲੇ ਗਿਆ ਪਹਿਲਾਂ ਸਵੇਰੇ ਫਿਰਦਾ ਰਿਹਾ ਘਰੇ ਆ ਜਾਂਦਾ ਫਿਰਦਾ ਰਿਹਾ ਦੁਪਹਿਰੇ ਗਿਆ ਉੱਧਰ ਮਨਾਲੇ ਗਿਆ ਉੱਥੇ ਜਾ ਕੇ ਪਤਾ ਨੀ ਰੱਬ ਜਾਂਦੇ ਕੋਈ ਅੰਗ ਦਿਵਾਸ ਦਾ ਪਾ ਰਿਹਾ ਜਦੋਂ ਸਾਨੂੰ ਨੀ ਕਹੀ ਪਿੰਡ ਵਾਲਿਆਂ ਨੇ ਉਹਨਾਂ ਨੇ ਮੁੰਡਾ ਛੱਡਿਆ ਨੀ ਮਾਰਤਾ ਤੂਫਾਨਾਂ ਵੱਢ ਕੇ ਮਾਰਿਆ ਮੁੰਡਾ ਮੈਂ ਕੋਲ ਖੜਾ ਜਦੋਂ ਮਾਰਿਆ ਉਹ ਮੈਨੂੰ ਮਾਰ ਦੇ ਲੱਗੇ ਮੈਂ ਭੱਜ ਕੇ ਨਿਕਲਿਆ ਧੋਂਦੇ ਰਹੇ ਮੁਲਾਜ਼ਮਾਂ ਦੇ ਗਲ ਪਏ ਨੇ ਮੁਲਾਜ਼ਮ ਸੁਣਾਉਂਦੇ ਨਹੀਂ ਕੱਢਿਆ 2 ਸਾਲ ਤੋਂ ਹੋਏ ਦਵਾਈ ਚੱਲਦੀ ਨੂੰ ਪਰਚੀਆਂ ਨਾ ਖੋਲੀਆਂ ਮੈਥੋਂ ਪਰਚੀਆਂ ਦਿੱਤੀਆਂ ਨੀ ਨਾ ਪਰਚੀਆਂ ਲੈ ਗਿਆ ਦਵਾਈ ਇਹ ਚੱਲਣ ਦੀ ਮੁੰਡਾ ਕਿੰਨੀ ਉਮਰ ਸੀਗੀ 19.5 ਸਾਲ ਦੀ ਉਮਰ ਹਾਂਜੀ ਪਰਚਾ ਹੋਣਾ ਚਾਹੀਦਾ
ਪਰਚਾ ਹੋਣਾ ਚਾਹੀਦਾ ਉਹਨਾਂ ਦੇ। ਅੱਜ ਫਿਰੋਜ਼ਪੁਰ ਜ਼ਿਲ੍ਹੇ ਦੇ ਆਰਿਫ ਕੇ ਥਾਣੇ ਦੇ ਵਿੱਚ ਪਿੰਡ ਪੈਂਦੇ ਬੰਡਾਲਾ ਤੋਂ ਇਨਫੋਰਮੇਸ਼ਨ ਮਿਲੀ ਸੀ ਕਿ ਗੁਰਦੁਆਰਾ ਬਾਬਾ ਵੀਰ ਸਿੰਘ ਜੀ ਦੇ ਗੁਰਦੁਆਰੇ ਦੇ ਵਿੱਚ ਬੇਦਬੀ ਦੀ ਘਟਨਾ ਵਾਪਰੀ ਹੈ, ਜਿਸ 'ਤੇ ਤੁਰੰਤ ਲੋਕਲ ਪੁਲਿਸ ਉੱਥੇ ਪਹੁੰਚੀ। ਜੋ ਇਹ ਪਤਾ ਲੱਗਿਆ ਕਿ ਉੱਥੇ ਬੇਦਬੀ ਦੀ ਘਟਨਾ ਵਾਪਰੀ ਹੈ ਅਤੇ ਜਿਸ ਨੇ ਬੇਦਬੀ ਕੀਤੀ ਹੈ ਲੋਕਾਂ ਨੂੰ ਉਸ ਨੂੰ ਫੜਿਆ ਹੋਇਆ ਹੈ ਅਤੇ ਉਸਦੇ ਕੁਝ ਸੱਟਾਂ ਵੀ ਮਾਰੀਆਂ ਹਨ। ਜਿਸ ਨੇ ਬੇਦਬੀ ਕੀਤੀ ਹੈ ਉਸ ਨੂੰ ਤੁਰੰਤ ਹਸਪਤਾਲ ਭੇਜ ਦਿੱਤਾ ਗਿਆ ਹੈ ਅਤੇ ਬੇਦਬੀ ਕਰਨ ਵਾਲੇ ਦੇ ਖਿਲਾਫ਼ IPC ਦੀਆਂ ਵੱਖ ਵੱਖ ਧਾਰਾਵਾਂ ਦੇ ਅਧੀਨ ਪਰਚਾ ਦਰਜ ਕਰਨ ਜਾ ਰਹੇ ਹਾਂ। ਇਸ ਤੋਂ ਇਲਾਵਾ ਮੌਕੇ 'ਤੇ ਆਫਿਸਰਸ ਅਤੇ ਪੁਲਿਸ ਮੌਜੂਦ ਹੈ। ਸਿਚੁਏਸ਼ਨ ਜਿਹੜੀ ਹੈ ਉਹ ਅੰਡਰ ਕੰਟਰੋਲ ਹੈ।